ਆ ਬੜਾ ਨਿਕਲਦਾ ਪਾਈਪ ਉਹਦਾ ਨਾਪਣਾ ਜ਼ਿਆਦਾ ਇਹਨੂੰ ਸਲਾਮ ਅਲੈਕੁਮ ਗਾਈਸ, ਵੈਲਕਮ ਬੈਕ ਇੱਕ ਨਵੇਂ ਅਤੇ ਬਿਹਤਰੀਨ ਵਲੋਗ ਦੇ ਨਾਲ ਹੋ ਗਏ ਜੀ ਹਾਜ਼ਰ। ਉਮੀਦ ਕਰਦੇ ਹਾਂ ਸਾਨੂੰ ਵੇਖਣ ਵਾਲੇ ਠੀਕ ਠਾਕ ਹੋਣਗੇ ਅਤੇ ਸਾਡੀ ਵੀ ਇਹ ਦੁਆ ਹੈ ਕਿ ਅੱਲਾ ਪਾਕ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ, ਜਿੱਥੇ ਵੀ ਰਹਿਣ ਹੱਸਦੇ ਰਹਿਣ, ਆਬਾਦ ਰਹਿਣ। ਮਾਸ਼ਾਅੱਲਾ ਜੀ, ਅੱਜ ਜਿਹੜੀ ਸਾਡੇ ਪਿੰਡ ਦੀ ਮਾਸ਼ਾਅੱਲਾ ਜਮਾਤ ਆਈ ਹੈ, ਵੇਖੋ ਛੋਟੇ ਛੋਟੇ ਬੱਚੇ ਕਿੰਨਾ ਜਜ਼ਬਾ ਹੈ ਜੀ ਇਹਨਾਂ ਦੇ ਵਿੱਚ। ਅੱਲਾ ਦੀ ਰਾਹ 'ਤੇ 3 ਦਿਨ ਲਾਉਣ ਆਏ ਨੇ ਜੀ, ਚੱਕ ਨੰਬਰ 86 EB ਦੇ ਵਿੱਚ, 76 'ਚ ਤਸ਼ਕੀਲ ਹੋਈ ਇਹਨਾਂ ਦੀ 86 EB ਦੇ ਵਿੱਚ, ਅਤੇ 3 ਦਿਨ ਅੱਲਾ ਦੀ ਰਾਹ 'ਤੇ ਇਹ ਨਿਕਲੇ ਨੇ, ਜਿਹੜੇ ਲੋਕਾਂ ਨੂੰ ਮਾਸ਼ਾਅੱਲਾ ਦੀਨ 'ਤੇ ਗੱਲਾਂ ਦੱਸਣਗੇ, ਨਮਾਜ਼ ਦੇ ਮੁਤਲਕ, ਹਰ ਚੀਜ਼ ਦੇ ਮੁਤਲਕ, ਜਿਹੜਾ ਇਹਨਾਂ ਨੇ ਇੱਥੇ ਰਹਿ ਕੇ 3 ਦਿਨ ਜਿਹੜਾ ਉਹ ਅੱਲਾ ਦੀ ਰਾਹ 'ਤੇ 3 ਦਿਨ ਗੁਜ਼ਾਰ ਰਹੇ ਨੇ। ਅਤੇ 3 ਸਾਡੇ ਸਾਥੀ ਜਿਹੜੇ ਨੇ ਉਹ ਬਾਹਰ ਖਾਣਾ ਲੈਣ ਗਏ ਨੇ, ਅਤੇ ਮੈਂ ਜਿਹੜਾ ਇਹਨਾਂ ਨੂੰ ਛੱਡਣ ਆਇਆ ਜੀ, ਤਾਂ ਕਿ ਚਲੋ ਥੋੜ੍ਹਾ ਜਿਹਾ ਸਵਾਬ ਸਾਨੂੰ ਵੀ ਮਿਲ ਜਾਵੇ। ਮੈਂ ਹੋ ਗਿਆ ਅਤੇ ਰਾਣਾ ਸਾਹਿਬ ਪਿੱਛੇ ਬੈਠੇ ਨੇ, ਅਸੀਂ ਜਿਹੜਾ ਸੀ ਕਿ ਚਲੋ ਅਸੀਂ ਜਮਾਤ ਦੇ ਨਾਲ ਜਾਂਦੇ ਹਾਂ, ਇਹਨਾਂ ਨੂੰ ਉੱਥੇ ਛੱਡ ਕੇ ਆਉਂਦੇ ਹਾਂ। ਅਤੇ 3 ਸਾਥੀ ਜਿਹੜੇ ਨੂੰ ਸਾਡਾ ਇਕਰਾਮ ਕਰਨ ਗਏ ਨੇ ਵੀ ਯਾਰ ਤੁਸੀਂ ਸਾਨੂੰ ਛੱਡਣ ਆਏ ਜੇ, ਅਤੇ ਅਸੀਂ ਜਿਹੜਾ ਨਾ ਤੁਹਾਨੂੰ ਕੁਛ ਖਵਾਏ ਪੁਆਏ ਤੋਂ ਬਗੈਰ ਨਹੀਂ ਭੇਜਣਾ, ਅਤੇ ਆਉਣ ਵਾਲੇ ਹੀ ਨੇ। ਅਤੇ ਤੁਸੀਂ ਵੀ ਦੁਆ ਕਰਨਾ ਕਿ ਅੱਲਾ ਪਾਕ ਜਿਹੜਾ ਇਹਨਾਂ ਨੂੰ ਠੀਕ ਦੇਵੇ। ਲਓ ਜੀ, ਜਮਾਤ ਵਾਲਿਆਂ ਨੇ ਕਿਹਾ ਉਹ ਤੁਹਾਨੂੰ ਖਾਣਾ ਖਵਾਉਣ ਤੋਂ ਬਗੈਰ ਨਹੀਂ ਜਾਣਾ, ਥੋੜ੍ਹਾ ਜਿਹਾ ਖਾਣੇ ਦਾ ਇਹਤਮਾਮ ਕੀਤਾ। ਮੈਂ ਕਿਹਾ ਚਲੋ ਜੀ, ਖਾਣਾ ਕੌਣ ਛੱਡਦਾ। ਤੁਰ ਪਿਆ ਜੀ ਇੱਧਰ ਦਸਤਰਖਾਨ ਜਿੱਧਰ ਲਾਇਆ ਉੱਧਰ ਹੈ ਮਾਸ਼ਾਅੱਲਾ ਖੂਬਸੂਰਤ ਮਸਜਿਦ ਦੇ ਜਿੱਥੇ ਇਹਨਾਂ ਨੇ ਕਿਆਮ ਕੀਤਾ ਜੀ, ਰੁਕੇ ਨੇ 3 ਦਿਨ ਲਈ। ਬੜੀ ਖੂਬਸੂਰਤ ਹੈ, ਵੇਖੋ ਕਿ ਤਲਾ ਸ਼ਾਲਾ ਬੜੇ ਪੌਦੇ ਵਿੱਚ ਬਿਹਤਰੀਨ ਲਾਏ ਨੇ, ਪਾਣੀ ਸ਼ਾਣੀ ਕੂਲਰਾਂ ਦੇ ਵਿੱਚ ਭਰ ਲਿਆ ਮੁੰਡਿਆਂ ਨੇ, ਬਰਫ਼ ਸ਼ਰਾ ਵੀ ਸੁੱਟ ਲਈ ਹੋਣੀ ਉਮੀਦ ਹੈ, ਨਹੀਂ ਸੁੱਟੀ ਤਾਂ ਸਟਾ ਲੈਂਦੇ ਹਾਂ। ਲਓ ਜੀ ਮਾਸ਼ਾਅੱਲਾ, ਕੂਲਰ ਪਾਣੀ ਦਾ ਬੱਚੇ ਖਿਦਮਤ ਕਰ ਰਹੇ ਨੇ, ਇਹ ਵੀ ਇੱਕ ਬੜਾ ਸਵਾਬ ਦਾ ਕੰਮ ਹੈ ਜੀ, ਆ ਜਿਹੜੀ ਖਿਦਮਤ ਕਰਨਾ ਕਿਸੇ ਦੀ। ਬਰਫ਼ ਵੀ ਲੈ ਆਉਂਦੀ ਹੈ ਅਤੇ ਕੂਲਰ ਪਾਣੀ ਦਾ ਵੀ ਭਰ ਲਿਆ, ਅਤੇ ਇੱਥੇ ਦਸਤਰਖਾਨ ਲਾਇਆ ਜੀ ਮਾਸ਼ਾਅੱਲਾ ਜੀ। ਅਮੀਰ ਸਾਹਿਬ ਜਿਹੜੇ ਨੇ ਬੜੇ ਨਾਈਸ ਬੰਦੇ ਨੇ, ਆ ਗਿਆ ਜੀ ਆ ਗਿਆ। ਤੇ ਹੁਣ ਵੇਖੋ ਜੀ ਦੋਵੇਂ ਬੰਦੇ ਕਿਸ ਤਰ੍ਹਾਂ ਕੰਮ ਕਰ ਰਹੇ ਨੇ, ਚੈੱਕ ਕਰੋ ਜੀ। ਅਰੇ ਪੱਠੇ ਜਵਾਰ ਕੁਤਰੀਂਦੀ ਪਈ ਹੈ, ਇਹ ਪੀਟਰ ਸੀ ਤੇ ਪੀਟਰ ਨੂੰ ਅੱਜ ਹੋ ਗਿਆ ਮੈਨੂੰ ਲੱਗਦਾ ਐਦਾ, ਕਿਉਂ ਐਸਾ ਹੋਇਆ ਨਾ। ਤੈਨੂੰ ਉਹ ਲਾ ਲੈਣੀ ਸੀ ਹੱਥੀ ਯਾਰ, ਕਿਉਂ ਨਹੀਂ ਲੱਗਦੀ? ਗਰਮੀ ਬੜੀ ਸੀ ਤੇ ਪਹੁੰਚੇ ਆਜ਼ਮ। ਆਜ਼ਮ ਨੇ ਨਿੱਕਾ ਜਿਹਾ ਸਟਾਲ ਪਿੰਡ 'ਚ ਲਾਇਆ, ਵੇਖੋ ਜੀ ਪਾਪੜ ਸਮੋਸੇ ਪਕੌੜੇ ਗੋਲੇ। ਆਜ਼ਮ ਲਿਆ ਹੋਰਾਂ, ਇਹ ਕੀ ਹੁਣ? ਇਹ ਭਾਅ ਜੀ ਤੁਸੀਂ ਚੈੱਕ ਕਰਨਾ ਹੈ? ਅੱਛਾ, ਪਹਿਲੇ ਚੈੱਕ ਕਰਨਾ ਹੈ। ਚਲੋ ਜੀ, ਪਹਿਲੇ ਆਉਂਦਾ ਵੀ ਗੋਲਾ ਕਰੋ ਚੈੱਕ, ਜੇ ਮੇਰਾ ਗੋਲਾ ਹੋਵੇ ਮਜ਼ੇਦਾਰ, ਰੰਗ ਮੈਂ ਬਣਾਇਆ ਹੋਇਆ ਅਸਲੀ, ਤਾਂ ਫਿਰ ਖਾਇਆ, ਜੇ ਨਹੀਂ ਤਾਂ ਨਹੀਂ। ਚੰਗਾ ਪਿਓਰ ਦੇਸੀ ਘਿਓ ਚ। ਅੱਛਾ,
ਸਪੈਸ਼ਲ ਮਾਲ ਹੈ ਭਾਈ ਜਾਨ, 50 ਰੁਪਏ ਦਾ ਗੋਲਾ, 100 ਰੁਪਏ ਦਾ ਗੋਲਾ, ਡਿਲੀਵਰੀ ਵੀ ਦੇਵਾਂਗੇ ਜਿੱਥੇ ਆਖੋਗੇ। ਯਾਰ ਆ ਜੀ ਡਿਲੀਵਰੀ ਵੀ, ਹਾਂ ਹੋਮ ਡਿਲੀਵਰੀ ਵੀ ਭਾਅ ਜੀ ਗੋਲਿਆਂ ਦੀ ਹੈਗੀ ਹੈ। ਰੰਦਾ ਵੀ ਹੱਥੇ ਵੱਜ ਜਾਂਦਾ ਉਹ ਨਾ, ਸਰਕਾਰ ਦੀ ਲਫੜਾ ਲਵਾ ਦਿਓ। ਨਹੀਂ ਨਹੀਂ ਇਸੇ ਤੋਂ ਮੈਂ ਜਿਹੜਾ ਨਾ ਬੜੇ ਹਿਸਾਬ ਨਾਲ ਅੱਜ ਬਣ ਜਾਏਗਾ, ਲਿਆ ਕੋਲੀ ਬਣ ਜਾਏਗਾ ਇਨਸ਼ਾਅੱਲਾ। ਸਾਰੇ ਰੰਗ ਪਾ ਆ, ਬੜਾ ਨਿਕਲਦਾ ਭਾਈ ਬੋਲਾ ਨਾ ਆਪਣਾ ਜ਼ਿਆਦਾ ਇਹਨੂੰ ਬਾਅਦ ਚ ਬੋਲ ਲਈਦਾ। ਸਰਦਾਰ ਗੋਲਾ ਖਾਣਾ ਜਲੇਬੀ।